ਆਓ ਸੁਣੀਏ ਸਫਰਨਾਮਾ ਅੰਸ਼ ਅਮਰੀਕਾ ਵਿੱਚ ਸੜਕਾਂ ਉਤੇ ਚੱਲਣ ਦਾ ਸੁਚੱਜ ਜੋ ਕਿ ਗੁਰਪਾਚਨ ਸਿੰਘ ਪੁੱਲਰ ਜੀ ਦੁਆਰਾ ਲਿਖਿਆ ਗਿਆ ਹੈ ਤੇ ਬੜਾ ਸੋਹਣਾ ਲਿਖਿਆ ਉਹਨਾਂ ਨੇ ਗੁਰਪਾਚਨ ਸਿੰਘ ਪੁੱਲਰ ਜੀ ਆਓ ਅਮਰੀਕਾ ਦਿਖਾਵਾਂ ਉਹਨਾਂ ਦਾ ਜੋ ਸਫਰਨਾਮਾ ਹੈ ਉਸ ਵਿੱਚੋਂ ਇਹ ਲਿਆ ਗਿਆ ਹੈ ਇਸ ਪਾਠ ਵਿੱਚ ਪੁੱਲਰ ਸਾਹਿਬ ਨੇ ਕੈਲੀਫੋਰਨੀਆ ਦੇ ਵਿਸ਼ੇਸ਼ حوالے ਨਾਲ ਅਮਰੀਕਾ ਤੇ ਭਾਰਤ ਵਿੱਚ ਸੜਕਾਂ ਤੇ ਚੱਲਣ ਵਾਲੇ ਨਿਯਮਾਂ ਦਾ ਅੰਤਰ ਨਿਖੇੜ ਕੇ ਦਰਸਾ ਕੇ ਅਮਰੀਕਾ ਵਿੱਚ ਸੜਕਾਂ ਉੱਤੇ ਚੱਲਣ ਦੇ ਚੰਗੇ ਗੁਣਾਂ ਦੀ ਵਿਟਿਆਈ ਕੀਤੀ ਹੈ। ਤੇ ਅਮਰੀਕਾ ਵਿੱਚ ਸੜਕਾਂ ਉੱਤੇ ਚੱਲਣ ਦਾ ਸੁਚੱਜ ਅਮਰੀਕਾ ਦੇ ਇਲਾਕੇ ਕੈਲੀਫੋਰਨੀਆ ਵਿੱਚ ਅਸੀਂ 4 ਮਹੀਨੇ ਰਹਿਣਾ ਸੀ। ਹਰ ਦੇਸ਼ ਵਿੱਚ ਹੀ ਬਹੁਤ ਕੁਝ ਦੇਖਣ ਵਾਲਾ ਹੁੰਦਾ ਹੈ। ਅਮਰੀਕਾ ਵਿੱਚ ਵੀ ਦੇਖਣ ਵਾਲੀਆਂ ਅੰਗਿਣਿਤ ਥਾਵਾਂ ਅਤੇ ਚੀਜ਼ਾਂ ਹਨ। ਉਹ ਦੇਸ਼ ਲੰਮਾ ਚੌੜਾ ਵੀ ਬਹੁਤ ਹੈ ਬਾਹਰੋਂ ਜਾ ਕੇ 4 ਮਹੀਨਿਆਂ ਵਿੱਚ ਬਹੁਤ ਕੁਝ ਦੇਖਣਾ ਤਾਂ ਅਸੰਭਵ ਹੁੰਦਾ ਹੈ ਮਤਲਬ ਸੰਭਵ ਨਹੀਂ ਸੀ ਅਸੀਂ ਫੈਸਲਾ ਕੀਤਾ ਕਿ ਜੋ ਕੁਝ ਵੇਖਣ ਨੂੰ ਮਿਲਿਆ ਉਹ ਅੱਖਾਂ ਖੁੱਲ੍ਹੀਆਂ ਰੱਖ ਕੇ ਦੇਖਣਾ ਹੈ ਉਸ ਨੂੰ ਮੰਨਣਾ ਹੈ ਉਸ ਨੂੰ ਸਮਝਣਾ ਹੈ ਉਸ ਬਾਰੇ ਸੋਚਣਾ ਹੈ ਅਸੀਂ ਕੋਈ ਵੀ ਥਾਂ ਕੋਈ ਵੀ ਚੀਜ਼ ਤੁਰਦੀ ਤੁਰਦੀ ਨਜ਼ਰ ਨਾਲ ਨਹੀਂ ਸੀ ਦੇਖਣੀ ਸੜਕਾਂ ਦੇ ਸੁਚੱਜ ਵਰਗੀਆਂ ਛੋਟੀਆਂ ਗੱਲਾਂ ਦੇਖਣੀ ਵੱਧ ਜ਼ਰੂਰੀ ਹੁੰਦੀਆਂ ਹਨ ਵਡੀਆਂ ਗੱਲਾਂ ਆਪਣੀ ਥਾਂ ਵੱਡੀਆਂ ਹੁੰਦੀਆਂ ਹਨ ਅਸਲ ਵਿੱਚ ਤਾਂ ਅਜਈਆਂ ਛੋਟੀਆਂ ਦਿੱਸਤੀਆਂ ਗੱਲਾਂ ਤੋਂ ਹੀ ਕਿਸੇ ਦੇਸ਼ ਦੇ ਜੀਵਨ ਦਾ ਤੇ ਲੋਕਾਂ ਦਾ ਪਤਾ ਲੱਗਦਾ ਹੈ ਅਮਰੀਕਾ ਰਹਿੰਦੇ ਰਿਸ਼ਤੇਦਾਰਾਂ ਤੇ ਦੋਸਤਾਂ ਤੋਂ ਅਸੀਂ ਉਸ ਦੇਸ਼ ਪਾਰੀ ਵੱਡੀਆਂ ਗੱਲਾਂ ਸੁਣੀਆਂ ਹੋਈਆਂ ਸਨ ਉਹ ਖਾਸ ਕਰਕੇ ਉੱਥੋਂ ਦੀਆਂ ਸੜਕਾਂ ਬਾਰੇ ਦੱਸਦੇ ਉਹਨਾਂ ਦੀ ਹਾਲਤ ਬਾਰੇ ਦੱਸਦੇ ਉਹਨਾਂ ਉੱਤੇ ਚੱਲਣ ਦੇ ਨਿਯਮਾਂ ਬਾਰੇ ਦੱਸਦੇ ਉਹ ਸੜਕ ਰਾਹੀਂ ਸਫ਼ਰ ਕਰਨ ਵਾਲੇ ਲੋਕਾਂ ਬਾਰੇ ਦੱਸਦੇ ਉਹ ਦੱਸਦੇ ਕਿ ਲੋਕ ਇਹਨਾਂ ਨਿਯਮਾਂ ਦੀ ਪਾਲਣਾ ਕਰਦੇ ਹਨ। ਉਹਨਾਂ ਦੀਆਂ ਗੱਲਾਂ ਸੁਣ ਕੇ ਹੈਰਾਨੀ ਹੁੰਦੀ ਲੋਕ ਸੜਕਾਂ ਉੱਤੇ ਇੰਜ ਸੁਚੱਜ ਨਾਲ ਵੀ ਸਫ਼ਰ ਕਰ ਰਹੇ ਸਨ। ਲੋਕ ਸੜਕ ਦੇ ਨਿਯਮਾਂ ਦਾ ਇਉਂ ਧਿਆਨ ਵੀ ਰੱਖ ਰਹੇ ਹਨ। ਆਪਣੇ ਦੇਸ਼ ਵਿੱਚ ਲੋਕ ਕੰਮ ਕਰਕੇ ਨਿਯਮਾਂ ਦੀ ਪਰਵਾਹ ਨਹੀਂ ਕਰਦੇ। ਇੱਥੇ ਨਿਯਮਾਂ ਮੰਲਣ ਵਾਲੇ ਨੂੰ ਡਰਪੋਕ ਅਤੇ ਤੋੜਨ ਵਾਲੀ ਨੂੰ ਦਲੇਰ ਮੰਨਿਆ ਜਾਂਦਾ ਹੈ ਮਤਲਬ ਜੋ ਨੇਮ ਨੂੰ ਮੰਨਦੇ ਹਨ ਉਹਨਾਂ ਨੂੰ ਰਪੋਕ ਕਿਹਾ ਜਾਂਦਾ ਹੈ ਤੇ ਜੋ ਤੋੜਦੇ ਹਨ ਉਹ ਬੜੀ ਸ਼ਾਨ ਦੇ ਨਾਲ ਘੁੰਮਦੇ ਹਨ ਮੈਂ ਹੈਰਾਨ ਹੋ ਕੇ ਪੁੱਛਦਾ ਆਪਣੀ ਪੰਜਾਬੀ ਅਤੇ ਹੋਰ ਭਾਰਤੀ ਲੋਕ ਵੀ ਉੱਥੇ ਸੜਕਾਂ ਦੇ ਨਿਯਮਾਂ ਅਨੁਸਾਰ ਹੀ ਚੱਲਦੇ ਹਨ ਉਹ ਦੱਸਦੇ ਹਨ ਕਿ ਹਾਂ ਆਪਣੇ ਲੋਕ ਵੀ ਉੱਥੇ ਕੋਈ ਨੇਮ ਨਹੀਂ ਤੋੜਦੇ ਇੱਕ ਤਾਂ ਉਥੋਂ ਦੇ ਸਭ ਲੋਕਾਂ ਨੂੰ ਨੇਮ ਮੰਨਦਿਆਂ ਦੇਖ ਆਪਣੇ ਲੋਕਾਂ ਨੂੰ ਵੀ ਆਤ ਪੈ ਜਾਂਦੀ ਹੈ ਦੂਜੀ ਗੱਲ ਉੱਥੇ ਜਰਮਾਨੇ ਬਹੁਤ ਭਾਰੀ ਹਨ ਸਮਝੋ ਕੋਈ ਨਿਯਮ ਤੋੜੇ ਤਾਂ ਜੇਬ ਖਾਲੀ ਹੋ ਜਾਂਦੀ ਹੈ ਹੁਣ ਮੇਰੇ ਵਾਸਤੇ ਇਹ ਸਭ ਕੁਝ ਅੱਖੀਂ ਦੇਖਣ ਦਾ ਸਮਾਂ ਆ ਗਿਆ ਸੀ ਕਿਤੇ ਜਾ ਕੇ ਸਭ ਤੋਂ ਪਹਿਲਾਂ ਤਾਂ ਸੜਕਾਂ ਤੇ ਸੜਕ ਸਵਾਰਾਂ ਨਾਲ ਹੀ ਵਾਹ ਪੈਂਦਾ ਹੈ ਇਸ ਕਰਕੇ ਅਮਰੀਕਾ ਵਿੱਚ ਪੈਰ ਰੱਖਦੇ ਆ ਹੀ ਇਹਨਾਂ ਸਭ ਗੱਲਾਂ ਦਾ ਸੱਚ ਸਾਹਮਣੇ ਆ ਜਾਂਦਾ ਹੈ ਹੋਇਆ ਵੀ ਇਹੋ ਮੈਂ ਤੇ ਮੇਰੀ ਜੀਵਨ ਸਾਥਣ ਗੁਰਚਰਨ ਹਵਾਈ ਅੱਡੇ ਤੋਂ ਬਾਹਰ ਨਿਕਲੇ ਤਾਂ ਕੁੱਲ 5-7 ਕਾਰਾਂ ਖਲੋਤੀਆਂ ਸਨ ਹਾਸਲ ਵਿੱਚ ਤਾਂ ਉਹਨਾਂ ਨੂੰ ਖਲੋਤਿਆਂ ਕਹਿਣਾ ਵੀ ਠੀਕ ਨਹੀਂ ਕਾਰ ਆਉਂਦੀ ਕੁਝ ਪਲ ਰੁਕਦੀ ਅਤੇ ਸਵਾਰੀਆਂ ਬਿਠਾ ਕੇ ਝਟ ਤੁਰ ਜਾਂਦੀ ਅਸੀਂ ਨਜ਼ਰ ਮਾਰੀ ਸਾਡੀ ਬੇਟੀ ਭਾਵਨਾ ਦੀ ਕਾਰ ਕਿਤੇ ਦਿਖਾਈ ਨਾ ਦਿੱਤੀ ਸਾਡੇ ਮੋਬਾਈਲ ਫੋਨ ਨੇ ਤਾਂ ਇੱਥੇ ਕੰਮ ਨਹੀਂ ਸੀ ਕਰਨਾ ਅਸੀਂ ਕੁਝ ਚਿਰ ਉਡੀਕਿਆ ਸਾਨੂੰ ਥੋੜੀ ਹੈਰਾਨੀ ਵੀ ਹੋਈ ਥੋੜਾ ਗੁੱਸਾ ਵੀ ਆਇਆ ਭਾਵਨਾ ਨੂੰ ਸਾਡੀ ਉਡੀਕ ਵਿੱਚ ਇੱਥੇ ਕਾਰ ਖੜੀ ਕਰਕੇ ਉਡੀਕ ਦੀ ਹੋਣਾ ਚਾਹੀਦਾ ਸੀ 5-10 ਮਿੰਟ ਉਡੀਕ ਕੇ ਅਸੀਂ ਪਰੇਸ਼ਾਨ ਹੋ ਗਏ ਮੁਸਾਫਰਾਂ ਲਈ ਲੱਗੇ ਹੋਏ ਫੋਨ ਪਿੱਛੇ ਅੱਡੇ ਦੇ ਅੰਦਰ ਰਹਿ ਗਏ ਸਨ ਭਾਵਨਾ ਨੇ ਕਿਹਾ ਕਿ ਸੀ ਕਿ ਬਾਹਰ ਆਉਣ ਵੇਲੇ ਅੰਦਰੋਂ ਫੋਨ ਕਰ ਲਈਏ ਅਸੀਂ ਸੋਚਿਆ ਫੋਨ ਕੀ ਕਰਨਾ ਹੈ ਉਹ ਬਾਹਰ ਖੜੀ ਹੋਵੇਗੀ ਇੱਕ ਦੂਜੇ ਨੂੰ ਵੇਖ ਲਾਵਾਂਗੇ ਆਕਰ ਉਥੇ ਖਲੋਤੇ ਇੱਕ ਪੰਜਾਬੀ ਮੁੰਡੇ ਨੂੰ ਮਜਬੂਰੀ ਦੱਸ ਕੇ ਉਸ ਦਾ ਮੋਬਾਈਲ ਲਿਆ ਮੈਂ ਪੁੱਛਿਆ ਭਾਵਨਾ ਆਈ ਕਿਉਂ ਨਹੀਂ ਉਹ ਬੋਲੀ ਮੈਂ ਤਾਂ ਕਦੋਂ ਦੀ ਆਈ ਹੋਈ ਹਾਂ ਪਾਰਕਿੰਗ ਵਿੱਚ ਖੜੀ ਹਾਂ ਤੁਹਾਡਾ ਫੋਨ ਉਡੀਕ ਰਹੀ ਸੀ ਤੁਹਾਨੂੰ ਅੰਦਰੋਂ ਫੋਨ ਕਰਨ ਨੂੰ ਕਿਹਾ ਸੀ ਅਸੀਂ ਕਾਰ ਵਿੱਚ ਬੈਠੇ ਤਾਂ ਉਹ ਕਹਿਣ ਲੱਗੀ ਇੱਥੇ ਕਾਰ ਇੰਉਂ ਲਿਆ ਕੇ ਖੜੀ ਨਹੀਂ ਕੀਤੀ ਜਾ ਸਕਦੀ ਜੇ ਤੋ ਕੋਈ ਬਾਹਰ ਆਉਂਦਾ ਹੈ ਕਾਰ ਵਿੱਚ ਉਸ ਨੂੰ ਬਿਠਾਉਂਦੇ ਆਂ ਬਿਠੌਂਦੀ ਹੈ ਤੇ ਕਾਰ ਤੋਰ ਲੈਂਦੀ ਹੈ ਮਤਲਬ ਤੁਰ ਜਾਂਦੀ ਹੈ ਪਹਿਲਾ ਜਾਂ ਤਾਂ ਕਾਰ ਨੂੰ ਪਾਰਕਿੰਗ ਵਿੱਚ ਖੜੀ ਕਰੋ ਜਾਂ ਸੜਕਾਂ ਦੇ ਚੱਕਰ ਕੱਟਦੇ ਰਹੋ ਪਰ ਇੱਥੇ ਖਲੋ ਕੇ ਉਡੀਕ ਨਹੀਂ ਕੀਤੀ ਜਾ ਸਕਦੀ ਪਿਛਲੀ ਸ਼ਾਮ ਜਦੋਂ ਅਸੀਂ ਦਿੱਲੀ ਦੇ ਹਵਾਈ ਅੱਡੇ ਪਹੁੰਚੇ ਸੀ ਕਾਰਾਂ ਦੀ ਪੂਰੀ ਕੜਮਸ ਸੀ ਆਪਣੇਆਂ ਨੂੰ ਛੱਡਣ ਆਏ ਲੋਕਾਂ ਨੇ ਕਾਰਾਂ ਖੜੀਆਂ ਕੀਤੀਆਂ ਹੋਈਆਂ ਸਨ ਉਹ ਉਡੀਕ ਰਹੇ ਸਨ ਕਿ ਅੰਦਰ ਜਾ ਕੇ ਉਹ ਸਭ ਕੁਝ ਠੀਕ ਹੋ ਗਿਆ ਹੋਣ ਦੀ ਹੱਥ ਹਿਲਾਉਣ ਮਤਲਬ ਸਭ ਕੁਝ ਠੀਕ ਹੋ ਗਿਆ ਚਲੇ ਗਏ ਉਹਦਾ ਹੱਥ ਹਿਲਾਉਣ ਆਪਣਿਆਂ ਨੂੰ ਲੈਣ ਆਏ ਲੋਕਾਂ ਦੀਆਂ ਕਾਰਾਂ ਵੀ ਖੜੀਆਂ ਸਨ ਉਹ ਬਾਹਰ ਆਉਂਦੀ ਭੀੜ ਵਿੱਚੋਂ ਆਪਣਿਆਂ ਨੂੰ ਪਾਲ ਰਹੇ ਸਨ ਇਹ ਸਭ ਲੋਕ ਪਾਰਕਿੰਗ ਦੇ ਪੈਸੇ ਨਹੀਂ ਸਨ ਦੇਣਾ ਚਾਹੁੰਦੇ ਹੱਥਾਂ ਵਿੱਚ ਡੰਡੇ ਫੜੀ ਫਿਰਦੇ ਸਿਪਾਹੀ ਚਲੋ ਚਲੋ ਕਰਦੇ ਫਿਰਦੇ ਸਨ ਲੋਕ ਐਵੇਂ ਹੀ ਆਖਦੇ ਬਸ ਜੀ ਉਹ ਆਗੇ ਸਾਡੇ ਬੰਦੇ ਸਿਪਾਹੀ ਛੇਤੀ ਬਿਠਾਓ ਤੇ ਨਿਕਲੋ ਇੱਥੋਂ ਆਖਦੇ ਅਤੇ ਅੱਗੇ ਨਿਕਲ ਜਾਂਦੀ ਸਾਨੂੰ ਉਤਰਨ ਵਾਸਤੇ ਕਾਰ ਖੜੀ ਕਰਨ ਦੀ ਥਾਂ ਮਸਾਂ ਮਿਲੀ ਭਾਰਤ ਵਿੱਚ ਖੱਬੇ ਹੱਥ ਤੋਰਨ ਦਾ ਨਿਯਮ ਹੈ ਉਥੇ ਨਿਯਮ ਸੱਜੇ ਹੱਥ ਤੋਰਨ ਦਾ ਹੈ ਅਸੀਂ ਬਾਹਰਲੀ ਸੜਕ ਉੱਤੇ ਆਏ ਤਾਂ ਗੱਡੀਆਂ ਦੀਆਂ ਲਾਈਨਾਂ ਵਿੱਚ ਇੱਕ ਦੂਜੇ ਦੇ ਪਿੱਛੇ ਕੀੜੀਆਂ ਵਾਂਗ ਚੱਲ ਰਹੀਆਂ ਸਨ ਪਤਾ ਲੱਗਿਆ ਕਿ ਆਵਾਜਾਈ ਵਾਸਤੇ ਉਥੇ ਸਾਡੇ ਦੇਸ਼ ਵਾਂਗ ਰੇਲਾਂ ਬੱਸਾਂ ਨਹੀਂ ਹਨ ਲੋਕਾਂ ਦਾ ਵੀ ਕਾਰਾਂ ਬਿਨਾਂ ਗੁਜ਼ਾਰਾ ਨਹੀਂ ਜੇ ਬਿਜਲੀ ਜਾਂ ਪਾਣੀ ਠੀਕ ਕਰਨ ਵਾਲੇ ਨੂੰ ਬੁਲਾਈਏ ਉਹ ਵੀ ਕਾਰ ਵਿੱਚ ਹੀ ਆਵੇਗਾ ਇਸ ਕਰਕੇ ਸੜਕਾਂ ਹਰ ਵੇਲੇ ਕਾਰਾਂ ਨਾਲ ਭਰੀਆਂ ਰਹਿੰਦੀਆਂ ਹਨ ਹਵਾਈ ਅੱਡੇ ਤੋਂ ਸਾਡਾ ਘਰ 25 ਮੀਲ ਦੀ ਦੂਰ ਤੇ ਸੀ ਮਤਲਬ 25 ਮੀਲ ਦੂਰ ਸੀ ਅਸੀਂ ਕੋਈ ਕਾਰ ਸੱਜੇ ਖੱਬੇ ਦੀ ਹੋ ਕੇ ਅੱਗੇ ਲੰਘਣ ਦਾ ਯਤਨ ਕਰਦੀ ਨਹੀਂ ਦੇਖੀ ਪਹਿਲੀ ਗੱਲ ਤਾਂ ਅਜੀਹਾ ਕਰਨ ਵਾਸਤੇ ਥਾਂ ਹੀ ਨਹੀਂ ਮਿਲਦੀ ਗੱਡੀਆਂ ਦੀ ਲੰਮੀ ਲਾਮ ਡੋਰੀ ਵਿੱਚ ਕੋਈ ਵਿਰਲ ਨਹੀਂ ਹੁੰਦੀ ਇਸ ਕਰਕੇ ਇਧਰ ਉਧਰ ਲੇਨ ਬਦਲੀ ਨਹੀਂ ਜਾ ਸਕੀ ਨਾਲੇ یوں ਨੀਮ ਤੋੜਨ ਦੀ ਆਗਿਆ ਨਹੀਂ ਹਰ ਸੜਕ ਉੱਤੇ ਗੱਡੀਆਂ ਦੀ ਰਫ਼ਤਾਰ ਲਿਖੀ ਹੋਈ ਹੁੰਦੀ ਹੈ ਉਸ ਰਫ਼ਤਾਰ ਤੋਂ ਤੇਜ਼ ਜਾਂ ਚੁਸਤ ਚੱਲਣਾ ਸੰਭਵ ਨਹੀਂ ਰੇਲ ਦੇ ਡੱਬਿਆਂ ਵਾਂਗ ਸਭ ਕਾਰਾਂ ਇੱਕ ਦੂਜੇ ਦੇ ਪਿੱਛੇ ਇੱਕੋ ਰਫ਼ਤਾਰ ਨਾਲ ਤੁਰੀਆਂ ਜਾਂਦੀਆਂ ਸਨ ਸੜਕਾਂ ਉੱਤੇ ਥਾਂ ਥਾਂ ਤੇ ਕੈਮਰੇ ਲੱਗੇ ਹੋਏ ਸਨ ਸੜਕਾਂ ਉੱਤੇ ਥਾਂ-ਥਾਂ ਉੱਤੇ ਉੱਤੇ ਕੈਮਰੇ ਲੱਗੇ ਹੋਏ ਸਨ ਕੋਈ ਨਿਯਮ ਤੋੜੇ ਤਾਂ ਜੁਰਮਾਨੇ ਦੀ ਪਰਚੀ ਪਹੁੰਚ ਜਾਂਦੀ ਸੀ ਇਨ੍ਹਾਂ 25 ਮੇਲਾ ਵਿੱਚ ਅਸੀਂ ਇੱਕ ਵਾਰ ਵੀ ਹਾਰਨ ਨਹੀਂ ਸੁਣਿਆ ਹਾਰਨ ਨੂੰ ਸੰਕਟ ਦੀ ਨਿਸ਼ਾਨੀ ਸਮਝਿਆ ਜਾਂਦਾ ਹੈ ਜੇ ਕਿਸੇ ਨੇ ਹਾਰਨ ਵਜਾਇਆ ਤਾਂ ਇਸ ਦਾ ਮਤਲਬ ਹੈ ਉਸ ਨੂੰ ਕਿਸੇ ਦੀ ਮਦਦ ਦੀ ਲੋੜ ਹੈ ਆਪਣੇ ਬਹੁਤੇ ਲੋਕ ਹਾਰਨ ਨੂੰ ਗਾਲ ਵਜੋਂ ਵਰਤਦੇ ਹਨ ਜੇ ਅੱਗੇ ਵਾਲੇ ਨੇ ਮੂਹਰੇ ਨਿਕਲਣਾ ਹੈ ਤਾਂ ਉਹ ਰਾਹ ਨਹੀਂ ਦੇ ਰਿਹਾ ਲੋਕ ਹੱਥ ਨਾਲ ਹਾਰਨ بچਾਉਂਦੇ ਹਨ ਅਤੇ ਮੂੰਹ ਨਾਲ ਗਾਲਾਂ ਦਿੰਦੇ ਹਨ ਸਭ ਤੋਂ ਅਜੀਬ ਗੱਲ ਇਹ ਹੈ ਕਿ ਆਪਣੇ ਲੋਕ ਲਾਲ ਬੱਤੀ ਕੋਲ ਖਲੋਤੇ ਵੀ ਹਾਰਨ بچਾਉਂਦੇ ਰਹਿੰਦੇ ਹਨ ਉਹ ਅੱਗੇ ਵਾਲੇ ਨੂੰ ਕਹਿੰਦੇ ਹਨ ਕਿ ਗੋਲੀ ਮਾਰ ਲਾਲ ਬੱਤੀ ਨੂੰ ਲੰਘ ਚੱਲ ਹਿੰਮਤ ਕਰਕੇ ਭਾਵੇਂ ਇਹ ਹਿੰਮਤ ਦੁਰਘਟਨਾ ਵੀ ਕਰਵਾ ਦੇਵੇ ਉੱਥੇ ਲੋਕ ਸਮਝਦੇ ਹਨ ਕਿ ਸਭ ਤੋਂ ਅੱਗੇ ਵਾਲੇ ਨੇ ਵੀ ਉਹਨਾਂ ਵਾਂਗ ਹੀ ਕਿਤੇ ਜਾਣਾ ਹੈ ਹਰੀ ਬੱਤੀ ਹੋਵੇਗੀ ਤਾਂ ਉਹ ਆਪਣੇ ਆਪ ਹੀ ਚੱਲ ਪਵੇਗਾ ਇੱਕ ਵਾਰ ਤਾਂ ਸਾਨੂੰ ਅਨੋਖਾ ਅਨੁਭਵ ਹੋਇਆ ਸ਼ਹਿਰ ਤੋਂ ਬਾਹਰ ਇੱਕ ਥਾਂ ਦੋ ਸੜਕਾਂ ਮਿਲ ਕੇ ਇੱਕ ਸੜਕ ਬਣਾ ਬਣਾਉਂਦੀਆਂ ਸਨ ਮਤਲਬ ਇੱਕ ਹੋਰ ਸੜਕ ਬਣਦੀ ਸੀ ਕਿਸੇ ਕਾਰਨ ਆਵਾਜਾਈ ਵਿੱਚ ਰੋਕ ਪੈ ਗਈ ਦੋਹਾਂ ਸੜਕਾਂ ਉੱਤੇ ਲੰਮੀਆਂ ਕਤਾਰਾਂ ਲੱਗੀਆਂ ਹੋਈਆਂ ਸਨ ਅਸੀਂ ਕਤਾਰਾਂ ਦੇ ਪਿੱਛੇ ਕਾਰ ਰੋਕੀ ਤਾਂ ਦੇਖਿਆ ਕਿ ਦੇਖਦੇ-ਦੇਖਦੇ ਸਾਡੇ ਪਿੱਛੇ ਵੀ ਕਤਾਰ ਲੱਗ ਪਈ ਉਥੇ ਇਹ ਸੰਭਵ ਨਹੀਂ ਕਿ ਭੀੜ ਦੇ ਵਿਚਾਲੇ ਕਾਰ ਦਾ ਇੰਜਣ ਬੰਦ ਕਰੋ ਅਤੇ ਛੇਤੀ ਨਾ ਚੱਲੋ ਰੋਕ ਕੀ ਕਾਰਨ ਦਾ ਪਤਾ ਕਰਨ ਲਈ ਟਾਕਾਂ ਉੱਤੇ ਹੱਥ ਰੱਖ ਕੇ ਅੱਗੇ ਜਾ ਖਲੋਵੋ ਅਸੀਂ ਵੀ ਹੋਰਾਂ ਵਾਂਗ ਸ਼ਾਂਤੀ ਨਾਲ ਕਾਰ ਵਿੱਚ ਬੈਠੇ ਉਡੀਕ ਕਰਨ ਲੱਗ ਪਏ ਇਉਂ ਰੁਕੀ ਆਵਾਜਾਈ ਨੂੰ ਠੀਕ ਕਰਨ ਲਈ ਆਮ ਲਾਲ ਅਤੇ ਹਰੀਆਂ ਬੱਤੀਆਂ ਬੰਦ ਕਰਕੇ ਇੱਕ ਲਾਲ ਬੱਤੀ ਜਗ ਬੁਝ ਜਗ ਬੁਝ ਕਰ ਰਹੀ ਸੀ ਇਸ ਦਾ ਮਤਲਬ ਸੀ ਕਿ ਇੱਕ ਕਾਰ ਇੱਕ ਸੜਕ ਤੋਂ ਤੁਰੇਗੀ ਤੇ ਫਿਰ ਦੂਜੀ ਕਾਰ ਦੂਜੀ ਸੜਕ ਤੋਂ ਤੁਰੇਗੀ ਕਮਾਲ ਦੀ ਗੱਲ ਇਹ ਸੀ ਕਿ ਇਸ ਉਜਾੜ ਵਿੱਚ ਵੀ ਇਉਂ ਹੀ ਹੋ ਰਿਹਾ ਸੀ ਕੋਈ ਵੀ ਕਾਲਾ ਨਹੀਂ ਸੀ ਪੈ ਰਿਹਾ ਜੁਰਮਾਨੇ ਬਹੁਤ ਭਾਰੀ ਹਨ ਇਸ ਕਰਕੇ ਨਿਯਮ ਤੋੜਨ ਵਾਲਾ ਡਰ ਮੰਦਾ ਹੈ ਜੁਰਮਾਨੇ ਘਟਵਾਦ ਆਵਾਜਾਈ ਅਨੁਸਾਰ ਵਕ-ਵਕ ਥਾਵਾਂ ਉੱਤੇ ਘਟਵਾਦ ਹੁੰਦੇ ਹਨ ਸਾਡਾ ਸ਼ਹਿਰ ਮਾਊਂਟੇਨ 뷰 ਛੋਟਾ ਜਿਹਾ ਹੈ ਉੱਥੇ ਲਾਲ ਬੱਤੀ ਦੀ ਉਲੰਘਣਾ ਦਾ ਜੁਰਮਾਨਾ ਕਿਤੇ 281 ਕਿਤੇ 381 ਕਿਤੇ 481 ਡਾਲਰ ਸੀ ਜੇ ਰੁਪਇਆ ਵਿੱਚ ਪਲਟ ਕੇ ਦੇਖੀ ਤਾਂ 10000 ਬਣ ਜਾਂਦੇ ਹਨ ਉੱਥੇ ਰਹਿੰਦੇ ਮੇਰੇ ਭਤੀਜੇ ਨੇ ਆਪ ਬੱਤੀ ਆਪ ਬੀਤੀ ਦੱਸੀ ਉਹਨਾਂ ਦਾ ਘਰ ਫਾਰਮ ਵਿੱਚ ਸੀ ਉਸਨੇ ਨੇੜੇ ਦੇ ਫਾਰਮ ਵਿੱਚ ਕਿਸੇ ਨੂੰ ਮਿਲਣ ਜਾਣਾ ਸੀ ਪਿਛਲੀ ਸੀਟ ਉੱਤੇ ਉਸ ਦਾ 4 ਕੋਸਾਲ ਦਾ ਬੇਟਾ ਬੈਠ ਗਿਆ ਉਸ ਨੇ ਆਪ ਬੈਲਟ ਲਾ ਲਈ ਪਰ ਬੇਟੇ ਨੂੰ ਬੈਲਟ ਤੋਂ ਬਿਨਾ ਹੀ ਰਹਿਣ ਦਿੱਤਾ ਫਾਰਮ ਵਾਲੀ ਜੋ ਸੜਕ ਸੀ ਉਤੇ ਚੱਲ ਕੇ ਨੇੜੇ ਹੀ ਤਾਂ ਜਾਣਾ ਸੀ ਅਚਾਨਕ ਅੱਗੇ ਸਿਪਾਹੀ ਆ ਗਿਆ ਸ਼ਾਇਦ ਪਿਛਲੀ ਸੀਟ ਉੱਤੇ ਬੈਠਾ ਬੱਚਾ ਉਸ ਦੀ ਨਜ਼ਰ ਵਿੱਚ ਹੀ ਪੈ ਗਿਆ ਸਬਬ ਨਾਲ ਐਨ ਉਸੇ ਮੌਕੇ ਕੋਈ ਗੱਲ ਕਰਨ ਵਾਸਤੇ ਉਸ ਨੇ ਅਗਲੀ ਦੋਹਾਂ ਸੀਟਾਂ ਵਿਚਕਾਰ ਸਿਰ ਕੱਢ ਲਿਆ ਸਿਪਾਹੀ ਨੇ ਇਸ਼ਾਰਾ ਕਰਕੇ ਕਾਰ ਰੋਕ ਲਈ ਮੇਰੇ ਭਤੀਜੇ ਨੇ ਮਿੰਤਾ ਵੀ ਕੀਤੀਆਂ ਤੇ ਬਹਾਨੇ ਵੀ ਬਣਾਏ ਉਸਨੇ ਕਿਹਾ ਕਿ ਇਹ ਤਾਂ ਫਾਰਮਾ ਵਿਜਲੀ ਸੜਕ ਹੈ ਕੋਈ ਆਮ ਆਵਾਜਾਈ ਤਾਂ ਇੱਥੇ ਹੈ ਹੀ ਨਹੀਂ ਇਹ ਦਲੀਲ ਵੀ ਦਿੱਤੀ ਗਈ ਕਿ ਕੋਈ ਬਹੁਤੀ ਦੂਰ ਨਹੀਂ ਜਾਣਾ ਆਖਰ ਉਸਨੇ ਗਲਤੀ ਮੰਨੀ ਮੇਥੋਂ ਭੁੱਲ ਹੋ ਗਈ ਇਸ ਵਾਰ ਮaaf ਕਰ ਦਿਓ ਅੱਕੇ ਤੋਂ ਲਾਪਰਵਾਹੀ ਨਹੀਂ ਕਰਦਾ ਸਭ ਕੁਝ ਅਣਸੁਣਿਆ ਕਰਕੇ ਸਿਪਾਹੀ ਨੇ 400 ਡਾਲਰ ਜੁਰਮਾਨੇ ਦੀ ਪਰਚੀ ਫੜਾ ਦਿੱਤੀ ਉੱਥੇ ਸਿਪਾਹੀ ਨੂੰ ਲਾਲਚ ਵੀ ਨਹੀਂ ਦਿੱਤਾ ਜਾ ਸਕਦਾ ਕੋਈ ਇਹ ਵੀ ਨਹੀਂ ਕਹਿੰਦਾ ਕਿ ਅਦੁੱਦ ਕਰ ਲੈਂਦੇ ਹਾਂ ਤੂੰ ਪਰਚੀ ਨਾ ਕੱਟ 400 ਦੀ ਥਾਂ 200 ਡਾਲਰ ਲੈ ਕੇ ਜੇ ਵਿੱਚ ਪਾ ਲੈ ਉਲਟਾ ਤੁਹਾਡੇ ਉੱਤੇ ਰਿਸ਼ਵਤ ਦੇਣ ਦਾ ਦੋਸ਼ ਤੇ ਨਵੀਂ ਅਤੇ ਵੱਡੀ ਮੁਸੀਬਤ ਖੜੀ ਕਰ ਸਕਦਾ ਹੈ ਉੱਥੇ ਹੀ ਰਿਸ਼ਵਤ ਲੈਣ ਦੇਣ ਦਾ ਰਿਵਾਜ ਹੈ ਹੀ ਨਹੀਂ ਨਾ ਕੋਈ ਰਿਸ਼ਵਤ ਦੇਣ ਦੀ ਹਿੰਮਤ ਕਰਦਾ ਹੈ ਤੇ ਨਾ ਕੋਈ ਲੈਣ ਦੀ ਸ਼ਹਿਰ ਤੋਂ ਬਾਹਰ ਜੇ ਕੋਈ ਵਿਰਲਾ ਟਾਵੇਂ ਰਾਈਆਂ ਵਾਲੀ ਪਗਡੰਡੀ ਸੜਕ ਨੂੰ ਪਾਰ ਕਰਦੀ ਹੈ ਉੱਥੇ ਸਟਾਪ ਲਿਖਿਆ ਹੁੰਦਾ ਹੈ ਹਰ ਕੋਈ ਉੱਥੇ ਕਾਰ ਹੌਲੀ ਕਰਦਾ ਹੈ ਦੋਵੇਂ ਪਾਸੇ ਦੇਖਦਾ ਹੈ ਅਤੇ ਫਿਰ ਲੰਘਦਾ ਹੈ ਭਾਵਨਾ ਨੇ یوں ਕੀਤਾ ਤਾਂ ਮੈਂ ਕਿਹਾ ਇੱਥੇ ਕੋਈ ਲੰਘਣ ਵਾਲਾ ਤਾਂ ਹੈ ਨਹੀਂ ਫਿਰ ਹੌਲੀ ਹੋਣ ਦੀ ਕੀ ਲੋੜ ਉਸ ਨੇ ਦੱਸਿਆ ਕਿ ਇੱਥੇ ਸਭ ਦੀ ਇਹ ਆਦਤ ਹੀ ਬਣ ਜਾਂਦੀ ਹੈ ਲੋਕ ਕਾਰ ਹੌਲੀ ਕਰਦੇ ਹੀ ਰਹਿੰਦੇ ਹਨ ਕਈ ਥਾਂ ਸੜਕ ਦੇ ਕਿਨਾਰੇ ਹਿਰਨ ਖਰਗੋਸ਼ ਜਿਹੇ ਕਿਸੇ ਜਾਨਵਰ ਦੀ ਤਸਵੀਰ ਕੁਝ ਕੁ ਮੀਲ ਲਿਖੇ ਹੁੰਦੇ ਹਨ ਇਸ ਦਾ ਮਤਲਬ ਇਹ ਹੁੰਦਾ ਹੈ ਕਿ ਅੱਗੇ ਐਨੇ ਮੀਲ ਸੜਕ ਉੱਤੇ ਕੋਈ ਜਾਨਵਰ ਹੋ ਸਕਦਾ ਹੈ ਕਿਤੇ ਉਹ ਕਾਰ ਨਾ ਆ ਜਾਵੇ ਇਸ ਟੋਟੇ ਉੱਤੇ ਸਭ ਲੋਕ ਕਾਰਾਂ ਨੂੰ ਹੌਲੀ ਕਰਕੇ ਚੱਲਦੇ ਹਨ ਇੱਕ ਕੱਲ ਨੇ ਤਾਂ ਸਾਨੂੰ ਸਭ ਤੋਂ ਵੱਧ ਹੈਰਾਨ ਕੀਤਾ ਕਿ 4 ਮਹੀਨਿਆਂ ਦੇ ਹਜ਼ਾਰਾਂ ਮੀਲ ਦੇ ਸਫ਼ਰ ਵਿੱਚ ਅਸੀਂ ਇੱਕ ਵਾਰ ਵੀ ਲਾਲ ਬੱਤੀ ਵਾਲੀ ਕਾਰ ਨਹੀਂ ਦੇਖੀ ਉੱਥੇ ਮੰਤਰੀ శాਸਤ ਵਿਧਾਇਕ ਆਮ ਲੋਕ ਵਾਂਗ ਹੀ ਬਾਹਰ ਨਿਕਲਦੇ ਹਨ ਉਹਨਾਂ ਨੂੰ ਸਰਕਾਰ ਕੋਠੀ ਨੌਕਰ ਚੱਕਰ ਫੋਨ ਬਿਜਲੀ ਪਾਣੀ ਆਦ ਸਭ ਕੁਝ ਮੁਫਤ ਨਹੀਂ ਦਿੰਦੀ ਉਹ ਆਪਣੇ ਘਰਾਂ ਵਿੱਚ ਰਹਿੰਦੇ ਹਨ ਕਾਰ ਵੀ ਉਹਨਾਂ ਦੀ ਆਪਣੀ ਹੁੰਦੀ ਹੈ ਉਸ ਨੂੰ ਉਹ ਆਪ ਹੀ ਚਲਾਉਂਦੇ ਹਨ ਨਾਹੀ ਉਸ ਉੱਤੇ ਲਾਲ ਬੱਤੀ ਹੁੰਦੀ ਹੈ ਤੇ ਨਾਹੀ ਪਾਪਾ ਕਰਦਾ ਹੂਟਰ ਹੁੰਦਾ ਹੈ ਉਹਨਾਂ ਕਾਰਨ ਆਮ ਲੋਕਾਂ ਦੀ ਆਵਾਜਾਈ ਵਿੱਚ ਕੋਈ ਵਿਗਨ ਨਹੀਂ ਪੈਂਦਾ ਲੋਕ ਅਜਿਹੀ ਵਿਗਨ ਦਾ ਰੋਸ ਕਰਦੇ ਹਨ ਸਾਡੇ ਨੇੜੇ ਇੱਕ ਸ਼ਹਿਰ ਵਿੱਚ ਉਸ ਸਮੇਂ ਦੇ ਰਾਸ਼ਟਰਪਤੀ ਬੁਸ਼ ਨੇ ਆਉਣਾ ਸੀ ਹਵਾਈ ਅੱਡੇ ਤੋਂ ਉਸ ਸ਼ਹਿਰ ਤੱਕ ਉਸਨੇ ਕਾਰ ਵਿੱਚ ਜਾਣਾ ਸੀ ਸੁਰੱਖਿਆ ਦੇ ਪੱਕੋ ਰਾਸ਼ਟਰਪਤੀ ਦੇ ਲੰਘਣ ਵੇਲੇ ਤਾਂ ਆਵਾਜਾਈ ਉੱਤੇ ਕੁਝ ਰੋਕਾਂ ਲੱਗੀਆਂ ਹੀ ਹਨ ਲੱਗਦੀਆਂ ਹੀ ਹਨ ਸਭ ਲੋਕ ਕਹਿ ਰਹੇ ਸਨ ਕਿ ਹੈਲੀਕਾਪਟਰ ਵਿੱਚ ਜਾਵੇ ਸਾਡਾ ਕੰਮਕਾਰ ਲਈ ਜਾਂਦਿਆਂ ਦਾ ਰਾਹ ਕਿਉਂ ਰੋਕਦਾ ਹੈ ਕਾਰ ਵਿੱਚ ਸਫ਼ਰ ਕਰਦੇ ਆ ਕੋਈ ਕੁਝ ਵੀ ਬਾਹਰ ਨਹੀਂ ਸੁੱਟ ਸਕਦਾ ਲੋਕ ਕੁਝ ਖਾ ਪੀ ਕੇ ਖਾਲੀ ਲਿਫਾਫਾ ਖਾਲੀ ਬੋਤਲ ਕਾਗਜ਼ ਦੀ ਪਲੇਟ ਪਲਾਸਟਿਕ ਦਾ ਗਲਾਸ ਆਧਕਾਰ ਦਾ ਸ਼ੀਸ਼ਾ ਖੋਲ ਕੇ ਬਾਹਰ ਨਹੀਂ ਵਗਾਉਂਦੇ ਬਾਹਰ ਖੇਤਾਂ ਜੰਗਲਾਂ ਅਤੇ ਉਜਾੜ ਵਿੱਚ ਲੰਘਦਿਆਂ ਵੀ ਸੜਕ ਉੱਤੇ ਕਿਸੇ ਦਾ ਸੁੱਟਿਆ ਕੁਝ ਨਜ਼ਰ ਨਹੀਂ ਪੈਂਦਾ ਜੇ ਕੋਈ ਉਹ ਕੁਝ ਸੁੱਟੇ ਬਹੁਤ ਭਾਰੀ ਜੁਰਮਾਨਾ ਹੁੰਦਾ ਹੈ ਟਰੱਕ ਵੀ ਦੂਜਿਆਂ ਲਈ ਮੁਸੀਬਤ ਖੜੀ ਨਹੀਂ ਕਰਦੇ ਉਹ ਦੱਸੀ ਹੋਈ ਰਫ਼ਤਾਰ ਨਾਲ ਆਪਣੀ ਲੇਨ ਵਿੱਚ ਸ਼ਾਂਤ ਤੁਰੇ ਜਾਂਦੇ ਹਨ ਉੱਥੇ ਪੂਰਾ ਸਮਾਨ ਟਰੱਕ ਦੇ ਅੰਦਰ ਹੀ ਬੰਦ ਹੁੰਦਾ ਹੈ ਆਪਣੇ ਵਾਂਗ ਪੱਲੀਆਂ ਬੰਨ੍ਹ ਕੇ ਟਰੱਕ ਨੂੰ ਚਾਰ ਚਫੇਰਿਓਂ ਬਾਹਰ ਤੱਕ ਤੂੜੀ ਜਾਂ ਕਪਾਹ ਲੱਦਣ ਦਾ ਤਾਂ ਉੱਥੇ ਬਿਲਕੁਲ ਸੰਭਵ ਕੰਮ ਨਹੀਂ ਹੁੰਦਾ ਜੇ ਸਮਾਨ ਵੱਡਾ ਹੈ ਵੱਡੇ ਟਰੱਕ ਵਿੱਚ ਲੱਦੋ ਅਜਿਹਾ ਵੱਡਾ ਟਰੱਕ ਸਮਾਨ ਭਰ ਕੇ ਆਮ ਟਰੱਕ ਵਾਂਗ ਹੀ ਨਹੀਂ ਤੁਰਦਾ ਵੱਧ ਲੰਬਾਈ ਤੇ ਚੌੜਾਈ ਵਾਲੇ ਟਰੱਕ ਨੂੰ ਕੋਈ ਆਮ ਟਰੱਕ ਸਮਝਣ ਦਾ ਭੁਲੇਖਾ ਵੀ ਖਾ ਸਕਦਾ ਹੈ ਯੂਓ ਉਸ ਨਾਲ ਟਕਰਾ ਵੀ ਕਰ ਸਕਦਾ ਹੈ ਇਸ ਕਰਕੇ ਅਜਿਹੇ ਟਰੱਕ ਦਾ ਆਕਾਰ ਵੱਡਾ ਹੋਣ ਦੀ ਸੂਚਨਾ ਵੱਡੇ ਅੱਖਰਾਂ ਵਿੱਚ ਲਿਖੀ ਹੋਈ ਹੁੰਦੀ ਹੈ ਟਰੱਕ ਵਾਸਤੇ ਮਿੱਥੇ ਕੋਈ ਨਾੜੋਂ ਕੁਝ ਕਿਲੋ ਭਾਰ ਲੱਦਣ ਦੀ ਆਗਿਆ ਨਹੀਂ ਇਹ ਵੱਧ ਕਿਲੋ ਰਾਹ ਵਿੱਚ ਪੜਤਾਲ ਸਮੇਂ ਸੁਟਣੇ ਪੈਂਦੇ ਹਨ ਸੜਕਾਂ ਉੱਤੇ ਸਕੂਲੀ ਬੱਚਿਆਂ ਵਾਲੀਆਂ ਬੱਸਾਂ ਦੀ ਸਰਦਾਰੀ ਹੈ ਬੱਚਿਆਂ ਨੂੰ ਚੜਾਉਣ ਜਾਂ ਉਤਾਰਨ ਵੇਲੇ ਦੁਰਘਟਨਾ ਦਾ ਕੋਈ ਡਰ ਨਹੀਂ ਹੁੰਦਾ ਜਿਉਂ ਹੀ ਆਪਣੇ ਰੁਕਣ ਵਾਲੀ ਥਾਂ ਉੱਤੇ ਆ ਖਲੋਤੀ ਬੱਸ ਦਾ ਦਰਵਾਜ਼ਾ ਖੁੱਲਦਾ ਹੈ ਉਸ ਉੱਤੇ ਲਿਖਿਆ ਸਟਾਪ ਦਿਸਣ ਲੱਗ ਜਾਂਦਾ ਹੈ ਬਾਕੀ ਸਭ ਗੱਡੀਆਂ ਇੱਕਦਮ ਰੁਕ ਜਾਂਦੀਆਂ ਹਨ ਸਕੂਲ ਬੱਸ ਜਦੋਂ ਦਰਵਾਜ਼ਾ ਬੰਦ ਕਰਕੇ ਤੁਰ ਪੈਂਦੀ ਹੈ ਤੇ ਰੁਕੇ ਹੋਏ ਲੋਕ ਫੇਰ ਹੀ ਤੁਰਦੇ ਹਨ یوں ਹੀ ਐਂਬੂਲੈਂਸਾਂ ਤੇ ਆਗੂ ਬਚਾਓ ਗੱਡੀਆਂ ਨੂੰ ਹਰ ਕੋਈ ਛੇਤੀ ਤੋਂ ਛੇਤੀ ਰਾਹ ਦੇਣ ਦਾ ਯਤਨ ਕਰਦਾ ਹੈ ਪੈਦਲ ਚੱਲਣ ਵਾਲਿਆਂ ਨੂੰ ਵੀ ਪਹਿਲ ਦਿੱਤੀ ਜਾਂਦੀ ਹੈ ਜਿੱਥੇ ਸੜਕ ਵਿੱਚੋਂ ਘੱਟ ਆਵਾਜਾਈ ਵਾਲੀ ਕੋਈ ਛੋਟੀ ਸੜਕ ਪਾਟਦੀ ਹੈ ਉੱਥੇ ਬੱਤੀਆਂ ਨਹੀਂ ਹੁੰਦੀਆਂ ਪੈਦਲ ਲੰਘਣ ਦੇ ਲਈ ਜ਼ੈਬਰਾ ਕ੍ਰਾਸਿੰਗ ਬਣਾਈ ਹੁੰਦੀ ਹੈ یوں ਹੀ ਕੋਈ ਪੈਦਲ ਜ਼ੈਬਰਾ ਕ੍ਰਾਸਿੰਗ ਤੇ ਪੈਰ ਰੱਖਦਾ ਹੈ ਦੋਹੀ ਪਾਸੇ ਸਭ ਕਾਰਾਂ ਰੁਕ ਜਾਂਦੀਆਂ ਹਨ ਮੇਰੇ ਮਨ ਵਿੱਚ ਤਾਂ ਇਹੋ ਇੱਥੋਂ ਦਾ ਡਰ ਬੈਠਿਆ ਹੋਇਆ ਸੀ ਪਹਿਲਾਂ ਪਹਿਲ ਮੈਂ ਪੈਰ ਅੱਗੇ ਕਰਦਾ ਪਰ ਕਾਰ ਆਉਂਦੀ ਦੇਖ ਕੇ ਕਾਹਲੀ ਨਾਲ ਪਿੱਛੇ ਹਟ ਜਾਂਦਾ ਮੈਂ ਕਾਰ ਨੂੰ ਲੰਘਣ ਲਈ ਆਖਦਾ ਇਹ ਵੀ ਨਹੀਂ ਹੁੰਦਾ ਕਿ ਪੈਦਲ ਦੇ ਅੱਗੇ ਜਾਂ ਪਿੱਛੇ ਲੰਘਣ ਜੋਗੀ ਥਾਂ ਦੇਖ ਕੇ ਕੋਈ ਕਾਰ ਫੁਰ ਕਰਦੀ ਹੋਈ ਲੰਘ ਜਾਵੇ ਜਿੰਨਾ ਚਿਰ ਪੈਦਲ ਆਦਮੀ ਸੜਕ ਪਾਰ ਨਹੀਂ ਕਰਦਾ ਕਾਰਾਂ ਤੁਰਦੀਆਂ ਨਹੀਂ ਰਾਤ ਨੂੰ ਸਫ਼ਰ ਕਰਦੇ ਆ ਵੀ ਡਰ ਨਹੀਂ ਲੱਗਦਾ ਅਸੀਂ ਸਮੇਂ ਦੀ ਵੱਧ ਤੋਂ ਵੱਧ ਵਰਤੋਂ ਕਰਨ ਲਈ ਰਾਤਾਂ ਨੂੰ ਸੈਂਕੜੇ ਮੀਲ ਲੰਮਾ ਸਫ਼ਰ ਕੀਤਾ ਭਾਵਨਾ ਦਾ ਕੰਮ ਹਫ਼ਤਾ ਖਤਮ ਹੋਏ ਤੋਂ ਅਸੀਂ ਸ਼ੁੱਕਰਵਾਰ ਦੀ ਸ਼ਾਮ ਨੂੰ ਚੱਲ ਪੈਂਦੇ ਯੂ ਨਵੀਂ ਥਾਂ ਦੇਖਣ ਵਾਸਤੇ ਸਾਨੂੰ ਸਨੀਚਰਵਾਰ ਅਤੇ ਐਤਵਾਰ ਦੇ ਦੋ ਦਿਨ ਮਿਲ ਜਾਂਦੇ ਐਤਵਾਰ ਦੀ ਸ਼ਾਮ ਅਸੀਂ ਵਾਪਸ ਚੱਲ ਕੇ ਫੇਰ ਰਾਤ ਦਾ ਸਫ਼ਰ ਕਰਦੇ ਸੋਮਵਾਰ ਭਾਵਨਾ ਦਫਤਰ ਚਲੀ ਜਾਂਦੀ ਉੱਥੇ ਹਰ ਕਿਸੇ ਨੇ ਕਾਰ ਵਿੱਚ ਹੀ ਆਉਣਾ ਜਾਣਾ ਹੁੰਦਾ ਹੈ ਇਸ ਕਰਕੇ ਰਾਤਾਂ ਨੂੰ ਇਕੱਲੀਆਂ ਕੁੜੀਆਂ ਆਮ ਹੀ ਕਾਰ ਵਿੱਚ ਸਫ਼ਰ ਕਰਦੀਆਂ ਦਿਖਤੀਆਂ ਹਨ ਕਾਰਾਂ ਦੀ ਆਵਾਜਾਈ ਤਾਂ ਹੁੰਦੀ ਹੀ ਹੈ ਸੜਕਾਂ ਵਾਲੀ ਪੁਲਿਸ ਵੀ ਘੁੰਮਦੀ ਰਹਿੰਦੀ ਹੈ ਸਫਰ ਕਰਦੇ ਹਾਂ ਜੇ ਕੋਈ ਸੰਕਟ ਪਣੇ ਮਦਦ ਲਈ 911 ਨੰਬਰ ਤੇ ਫੋਨ ਕੀਤਾ ਜਾ ਸਕਦਾ ਹੈ ਜੇ ਕੋਲ ਫੋਨ ਨਹੀਂ ਹੁੰਦਾ ਤਾਂ ਸੜਕ ਉਤੇ ਥੋੜੀ ਥੋੜੀ ਦੂਰ ਲੱਗੇ ਹੋਏ ਕਾਲ ਬਾਕਸ ਤੋਂ ਸੌਖਿਆਂ ਹੀ ਫੋਨ ਹੋ ਜਾਂਦਾ ਹੈ ਮਦਦ ਛੇਤੀ ਤੋਂ ਛੇਤੀ ਕੁਝ ਚਿਰ ਵਿੱਚ ਕੁਝ ਮਿੰਟਾਂ ਵਿੱਚ ਆ ਬਹੜਦੀ ਹੈ ਸੋ ਬੱਚਿਓ ਇਹ ਦੇਖਿਆ ਆਪਾਂ ਕਿ ਕਿੰਨਾ ਸੋਹਣਾ ਲਿਖਿਆ ਹੈ ਉਹਨਾਂ ਨੇ ਤੇ ਕਿੰਨੇ ਕਾਨੂੰਨ ਬਣੇ ਹੋਏ ਨੇ ਨਿਯਮ ਬਣੇ ਹੋਏ ਨੇ ਤੇ ਲੋਕ ਨੇ ਜੋ ਮਤਲਬ ਨਿਯਮਾਂ ਦੀ ਪਾਲਣਾ ਕਰਦੇ ਨੇ ਤੇ ਜਿਹੜਾ ਅੰਤ ਵਾਲਾ ਪੈਰਾ ਏ ਉਹ ਕੀ ਲਿਖਦੇ ਨੇ ਲੋਕ ਸੜਕਾਂ ਤੇ ਨਿਯਮ ਪਾਲਦੇ ਹਨ ਤੇ ਸੜਕਾਂ ਦਾ ਸਫ਼ਰ ਸੁਰੱਖਿਅਤ ਹੈ ਇਸ ਕਰਕੇ ਉੱਥੇ ਸਫ਼ਰ ਲਈ ਨਿਕਲਦੇ ਆ ਕੋਈ ਫਿਕਰ ਜਾਂ ਡਰ ਨਹੀਂ ਹੁੰਦਾ ਆਪਣੀ ਆਜ਼ਾਦੀ ਦੀ ਲੜਾਈ ਦੇ ਲਈ ਇੱਕ ਆਗੂ ਨੇ ਕਿਹਾ ਸੀ ਕਿ ਜਦੋਂ ਅਸੀਂ ਰੇਲ ਦੀਆਂ ਟਿਕਟਾਂ ਲੈਣ ਵਾਸਤੇ ਕਤਾਰ ਵਿੱਚ ਲੱਗ ਪਏ ਅੰਗਰੇਜ਼ ਨਿਕਲ ਜਾਣਗੇ ਅੰਗਰੇਜ਼ ਨੇ ਕਤਾਰ ਟੋਂ ਡਰ ਕੇ ਨਹੀਂ ਸੀ ਭੱਜਣਾ ਇਸ ਦਾ ਮਤਲਬ ਸੀ ਕਿ ਜਦੋਂ ਕਿਸੇ ਦੇਸ਼ ਦੇ ਲੋਕਾਂ ਵਿੱਚ ਅਨੁਸ਼ਾਸਨ ਪੈਦਾ ਹੋ ਜਾਵੇ ਉਹਨਾਂ ਨੂੰ ਗੁਲਾਮ ਨਹੀਂ ਰੱਖਿਆ ਜਾ ਸਕਦਾ ਕੈਲੀਫੋਰਨੀਆ ਦੀ ਆਵਾਜਾਈ ਦੇਖ ਕੇ ਮੈਨੂੰ ਇਹ ਗੱਲ ਯਾਦ ਆਉਂਦੀ ਹੈ ਮੈਂ ਸੋਚਦਾ ਹਾਂ ਜਿਸ ਦਿਨ ਸਾਡੇ ਲੋਕ ਸੜਕਾਂ ਦੇ ਸਫ਼ਰ ਦਾ ਸੁਚੱਜ ਸਿੱਖ ਗਏ ਉਹਨਾਂ ਨੂੰ ਤਰੱਕੀ ਦੇ ਸਿਖਰ ਤੇ ਪਹੁੰਚਣ ਦੀ ਕੋਈ ਰੋਕ ਨਹੀਂ ਲੱਗੇਗੀ ਸੋ ਹੁਣ ਆਪਾਂ ਇਸ ਦੇ ਨਾਲ ਸੰਬੰਧਿਤ ਜੋ ਪ੍ਰਸ਼ਨ ਉੱਤਰ ਨੇ ਉਹ ਕਰਦੇ ਆਂ ਬੱਚਿਓ ਤੇ ਸਭ ਤੋਂ ਪਹਿਲਾਂ ਆਪਾਂ ਵੱਡੇ ਪ੍ਰਸ਼ਨ ਉੱਤਰ ਕਰਦੇ ਆਂ ਕਿ ਲੇਖਕ ਅਨੁਸਾਰ ਭਾਰਤ ਤੇ ਅਮਰੀਕਾ ਵਿੱਚ ਸੜਕਾਂ ਉੱਤੇ ਚੱਲਣ ਦੇ ਨਿਯਮ ਵਿੱਚ ਕਿੰਨਾ ਕੋ ਅੰਤਰ ਹੈ ਆਪਣੇ ਸ਼ਬਦਾਂ ਦੇ ਵਿੱਚ ਲਿਖੋ ਭਾਰਤ ਤੇ ਅਮਰੀਕਾ ਦੀਆਂ ਸੜਕਾਂ ਉੱਤੇ ਚੱਲਣ ਦਾ ਸਭ ਤੋਂ ਵੱਡਾ ਫਰਕ ਇਹ ਹੈ ਕਿ ਭਾਰਤ ਦੇ ਲੋਕ ਸੜਕ ਉੱਤੇ ਖੱਬੇ ਪਾਸੇ ਚੱਲਦੇ ਹਨ ਉੱਥੇ ਸੱਜੇ ਪਾਸੇ ਭਾਰਤ ਦੇ ਜਿਹੜੇ ਲੋਕ ਨੇ ਉਹ ਨਿਯਮਾਂ ਦੀ ਪਰਵਾਹ ਨਹੀਂ ਕਰਦੇ ਲਾਲ ਬੱਤੀ ਆਉਂਦੀ ਹੈ ਤਾਂ ਉੱਥੋਂ ਕਹਿੰਦੇ ਨਹੀਂ ਵੀ ਹਾਰਨ ਵਜਾਉਂਦੇ ਨਹੀਂ ਫਟਾਫਟ ਵੀ ਚਲੇ ਜਾਓ ਇੱਥੋਂ ਉੱਥੇ ਕੋਈ ਵੀ ਹਾਰਨ ਨਹੀਂ ਵਜਾ ਸਕਦਾ ਤੇ ਹਾਰਨ ਉਦੋਂ ਹੀ ਬਚਾਇਆ ਜਾਂਦਾ ਜਦੋਂ ਕੋਈ ਮਦਦ ਦੀ ਲੋੜ ਹੋਵੇ ਠੀਕ ਹੈ ਨਾ ਇੱਕ ਲੇਨ ਦੇ ਵਿੱਚ ਚੱਲਦੇ ਨੇ ਲੋਕ ਜੁਰਮਾਨਾ ਬਹੁਤ ਭਾਰੀ ਹੈ ਉੱਥੋਂ ਦਾ ਇਸ ਕਰਕੇ ਉਹ ਆਪਣੀ ਜੋ ਆਮਦਨ ਹੈ ਜੁਰਮਾਨੇ ਦੇ ਵਿੱਚ ਨਹੀਂ ਗਵਾਉਣਾ ਚਾਹੁੰਦੇ ਜੋ ਇੱਕ ਸਪੀਡ ਰੱਖੀ ਹੁੰਦੀ ਹੈ ਉੱਥੇ ਉਹੀ ਚੱਲਦੀ ਹੈ ਪਰ ਆਪਣੇ ਇੱਥੇ ਸਪੀਡ ਦੀ ਕੋਈ ਪਰਵਾਹ ਨਹੀਂ ਠੀਕ ਹੈ ਨਾ ਚਾਹੇ ਕੋਈ ਮੰਤਰੀ ਆ ਸੰਸਦ ਦਾ ਕੋਈ ਵੀ ਆ ਚਾਹੇ ਉੱਥੇ ਉਲੰਘਣਾ ਨਹੀਂ ਕਰਦਾ ਪਰ ਆਪਣੀ ਇੱਥੇ ਲਾਲ ਬੱਤੀਆਂ ਤੋਂ ਵੀ ਮੰਤਰੀ ਚੌਹਾਨੋ ਕ੍ਰੋਸ ਕਰਕੇ ਲੰਘਦੇ ਹਨ ਤੇ ਸਾਰਾ ਟ੍ਰੈਫਿਕ ਇੱਥੇ ਰੁਲ ਜਾਂਦਾ ਹੈ ਉੱਥੇ ਇਹ ਜਾਂ ਕੁਝ ਨਹੀਂ ਉੱਥੇ ਸਾਰਾ ਕੁਝ ਹੀ ਨਿਯਮਾਂ ਦੇ ਅਨੁਸਾਰ ਚੱਲਦਾ ਹੈ ਅੱਗੇ ਆ ਕੇ ਅਮਰੀਕਾ ਵਿੱਚ ਰਹਿੰਦੇ ਲੇਖਕ ਦੇ ਪੁੱਤੀਜੇ ਨੇ ਕਿਹੜੀ ਆਪਬੀਤੀ ਸੁਣਾਈ ਉਹਨਾਂ ਨੇ ਉਹਨੇ ਦੱਸਿਆ ਕਿ ਉਹ ਫਾਰਮਕਾਰ ਬਣਾ ਕੇ ਜੋ ਸਤਪਤੀ ਚੌਥੇ ਰਹਿੰਦਾ ਸੀ ਇੱਕ ਵਾਰੀ ਨੇੜੇ ਦੇ ਫਾਰਮ ਤੱਕ ਕਾਰ ਵਿੱਚ ਜਾਣਾ ਸੀ। ਉਹਨੇ ਆਪਣੀ ਸੀਟ ਬੈਲਟ ਤਾਂ ਲਾ ਲਈ ਪਰੰਤੂ ਪਿੱਛੇ ਬੈਠੇ ਉਸਦੇ 4 ਕੁ ਸਾਲਾਂ ਦਾ ਬੱਚਾ ਉਸਨੇ ਨਹੀਂ ਲਾਈ। ਰਸਤੇ ਦੇ ਵਿੱਚ ਇੱਕ ਸਪਾਹੀ ਮਿਲ ਗਿਆ ਤੇ ਸਪਾਹੀ ਨੇ ਉਹਦੀ ਕੋਈ ਵੀ ਦਲੀਲ ਨਹੀਂ ਸੁਣੀ ਵੀ ਨੇੜੇ ਜਾਣਾ ਸੀ ਜਾਂ ਹੁਣੀ ਮੈਂ ਇੱਥੀ ਤਾਂ ਜਾਣਾ ਸੀ ਕੋਈ ਭੀੜ ਨਹੀਂ ਹੈ ਤਾਂ 400 ਜੁਰਮਾਨਾ ਦੀ ਜੋ ਪਰਚੀ ਉਸਨੂੰ ਫੜਾ ਦਿੱਤੀ। ਉੱਥੇ ਰਿਸ਼ਵਤ ਵੀ ਨਹੀਂ ਚੱਲਦੀ। ਤੇ ਲੇਖਕ ਅਮਰੀਕਾ ਵਿੱਚ ਰਹਿੰਦੇ ਮੰਤਰੀ ਸਾਂਸਦ ਅਤੇ ਵਿਧਾਇਕਾਂ ਬਾਰੇ ਕੀ ਚਾਨਣਾ ਪਾ ਰਿਹਾ ਹੈ ਅਮਰੀਕਾ ਵਿੱਚ ਉਹਨੇ ਦੱਸਿਆ ਵੀ ਜਿੰਨੇ ਵੀ ਲੋਕ ਨੇ ਸਾਂਸਦ ਨੇ ਵੱਡੇ ਲੋਕ ਨੇ ਠੀਕ ਹੈ ਨਾ ਉਹ ਆਪਣੇ ਘਰੋਕਾਰਾਂ ਦੇ ਵਿੱਚ ਨਿਕਲਦੇ ਨੇ ਆਮ ਲੋਕਾਂ ਵਾਂਗੂ ਨਿਕਲਦੇ ਨੇ ਠੀਕ ਹੈ ਨਾ ਕੋਈ ਸਹੂਲਤ ਨਹੀਂ ਉਹਨਾਂ ਨੂੰ ਮਿਲਦੀ ਨੌਕਰ ਫੋਨ ਬਿਜਲੀ ਪਾਣੀ ਦੀ ਆਮ ਮੁਫਤ ਜਿਹੜੀਆਂ ਸਹੂਲਤਾਂ ਨਹੀਂ ਮਿਲਦੀਆਂ ਉਹ ਆਪ ਕਾਰ ਚਲਾਉਂਦੇ ਨੇ ਹੂਟਰ ਨਹੀਂ ਬਚਾਉਂਦੇ ਲਾਲ ਬੱਤੀ ਵਾਲੀ ਗੱਡੀ ਉੱਤੇ ਬਿਲਕੁਲ ਵੀ ਨਹੀਂ ਹੈ ਆਮ ਜੀਵਨ ਦੇ ਵਿੱਚ ਉਹ ਕੋਈ ਵੀ ਉਹ ਨਹੀਂ ਪਾਉਂਦੀ हां ਰਾਸ਼ਟਰਪਤੀ ਆਉਣ ਤੇ ਕੁਝ ਰੋਕਾਂ ਜ਼ਰੂਰ ਲੱਗਦੀਆਂ ਹਨ ਪਰ ਲੋਕਾਂ ਨੂੰ ਇਹ ਵੀ ਉਹ ਰੋਸ ਹੈ ਕਿ ਉਹਨਾਂ ਦੇ ਕੰਮ ਦੇ ਵਿੱਚ ਵਿਘਨ ਪੈਂਦਾ ਹੈ ਅਮਰੀਕਾ ਦੀਆਂ ਸੜਕਾਂ ਦੇ ਕਿਨਾਰੇ ਹਿਰਨ ਖਰਗੋਸ਼ ਜਿਹੇ ਜਾਨਵਰ ਦੀ ਤਸਵੀਰ ਹੇਠ ਕੀ ਲਿਖਿਆ ਮਿਲਦਾ ਹੈ ਲੇਖਕ ਦੱਸਦਾ ਹੈ ਕਿ ਸੜਕਾਂ ਦੇ ਕੰਡੇ ਤੇ ਕਈ ਥਾਂ ਖਰਗੋਸ਼ ਜਾਂ ਹਿਰਨ ਜਿਹੇ ਜਾਨਵਰ ਦੀ ਤਸਵੀਰ ਹੇਠ ਕੁਝ ਮੀਲ ਲਿਖੇ ਹੁੰਦੇ ਹਨ ਅਜਿਹਾ ਮਤਲਬ ਹੁੰਦਾ ਹੈ ਕਿ ਐਨੀ ਮੇਲ ਉੱਤੇ ਕੋਈ ਜਾਨਵਰ ਹੋ ਸਕਦਾ ਹੈ। ਕਿੰਨੀ ਵੀ ਉੱਥੇ ਜਿੰਨੇ ਵੀ ਨਿਯਮ ਨੇ ਉਹਨਾਂ ਸਾਰੇ ਨਿਯਮਾਂ ਦਾ ਜੋ ਪਾਲਣਾ ਹੈ ਉਹ ਬਹੁਤ ਹੀ ਜ਼ਿਆਦਾ ਹੁੰਦਾ ਹੈ। ਤੇ ਕੋਈ ਵੀ ਨਿਯਮ ਨਹੀਂ ਤੋੜੀ ਜਾਂਦੇ ਵਿਧਾਇਕਾ ਸੰਸਥਾ ਨੂੰ ਕੋਈ ਹੋ ਨਹੀਂ ਕੀਤਾ ਜਾਂਦਾ ਜੇ ਕੋਈ ਜਾਨਵਰ ਵੀ ਆਉਂਦਾ ਤਾਂ ਅੱਗੇ ਲਿਖਿਆ ਹੁੰਦਾ ਠੀਕ ਹੈ ਨਾ। ਤੇ ਅੱਗੇ ਆ ਗਿਆ ਅਮਰੀਕਾ ਵਿੱਚ ਸੜਕਾਂ ਉੱਪਰ ਸਫ਼ਰ ਕਰਦੇ ਕਿਸੇ ਕਿਸਮ ਦਾ ਡਰ ਕਿਉਂ ਮਹਿਸੂਸ ਨਹੀਂ ਹੁੰਦਾ? ਉੱਥੇ ਬਿਲਕੁਲ ਡਰ ਮਹਿਸੂਸ ਨਹੀਂ ਹੁੰਦਾ ਕਿਉਂਕਿ ਸਾਰੇ ਨਿਯਮਾਂ ਦੀ ਪਾਲਣਾ ਕਰਦੇ ਹਨ। ਕੀ اوਸੀ ਸਪੀਡ ਤੇ ਚੱਲਣਾ ਹੁੰਦਾ ਹੈ ਜੇ ਕ੍ਰੋਸਿੰਗ ਵੀ ਕਰਨੀ ਹੁੰਦੀ ਹੈ ਤਾਂ ਜ਼ੈਬਰਾ ਕ੍ਰੋਸਿੰਗ ਦੇ ਰਾਹੀਂ ਕਰਨੀ ਹੁੰਦੀ ਹੈ ਕੋਈ ਇਹ ਨਹੀਂ ਹੁੰਦਾ ਵੀ ਗੱਡੀ ਕੋਈ ਵਿੱਚ ਆ ਕੇ ਮਾਰੂਗਾ ਸਾਡੇ ਇਸ ਕਰਕੇ ਕੋਈ ਉੱਥੇ ਡਰ ਨਹੀਂ ਹੁੰਦਾ ਤੇ ਫਿਰ ਉਸ ਤੋਂ ਬਾਅਦ ਸਫ਼ਰ ਕਰਦੇ ਆ ਆਵਾਜਾਈ ਨੂੰ ਦੇਖ ਕੇ ਲੇਖਕ ਦੇ ਮਨ ਵਿੱਚ ਕੀ ਵਿਚਾਰ ਆਉਂਦੇ ਹਨ ਕਿ ਜਦੋਂ ਸਫ਼ਰ ਕਰਦੇ ਨਹੀਂ ਠੀਕ ਹੈ ਨਾ ਉਹਨਾਂ ਦੇ ਮਨ ਦੇ ਵਿੱਚ ਕੀ ਵਿਚਾਰ ਆਉਂਦੇ ਨੇ ਸਫ਼ਰ ਕਰਦੇ ਆਵਾਜਾਈ ਨੂੰ ਦੇਖ ਕੇ ਲੇਖਕ ਦੇ ਮਨ ਵਿੱਚ ਵਿਚਾਰ ਆਉਂਦਾ ਹੈ ਕਿ ਜਦੋਂ ਸਾਡੇ ਲੋਕ ਸੜਕਾਂ ਦਾ ਸਫ਼ਰ ਕਰਦੇ ਹਨ ਤਾਂ ਉਹ ਕੋਈ ਵੀ ਨਿਯਮ ਨਹੀਂ ਮੰਨਦੇ ਜੇ ਉਹਨਾਂ ਦੇ ਵਿੱਚ ਇਹ ਸੁਚੱਜ ਸਿੱਖ ਲਈ ਉਹਨਾਂ ਨੇ ਹੀ ਸੜਕ ਦੇ ਉੱਪਰ ਚੱਲਣ ਤੇ ਤਾਂ ਤੋਂ ਉਹਨਾਂ ਦੀ ਤਰੱਕੀ ਦੇ ਸਿਖਰ ਉੱਤੇ ਪਹੁੰਚਣ ਤੋਂ ਉਹਨਾਂ ਨੂੰ ਕੋਈ ਵੀ ਨਹੀਂ ਰੋਕ ਸਕਦਾ ਠੀਕ ਹੈ ਨਾ ਅੱਗੇ ਆ ਗਿਆ ਵੀ ਲੇਖਕ ਇਹ ਕਿਉਂ ਕਹਿੰਦਾ ਹੈ ਕਿ ਅਮਰੀਕਾ ਦੀਆਂ ਸੜਕਾਂ ਉੱਤੇ ਸਕੂਲੀ ਬੱਸਾਂ ਦੀ ਸਰਦਾਰੀ ਹੈ ਲੇਖਕ ਕਹਿੰਦਾ ਹੈ ਕਿ ਅਮਰੀਕਾ ਦੀਆਂ ਸੜਕਾਂ ਉੱਤੇ ਸਕੂਲੀ ਬੱਸਾਂ ਦੀ ਬਹੁਤ ਸਰਦਾਰੀ ਹੈ ਬੱਚਿਆਂ ਨੂੰ ਚੜਾਉਣ ਜਾਂ ਉਤਾਰਨ ਲਈ बस ਜਿਉਂ ਰੁਕਦੀ ਹੈ ਉਸ ਦਾ ਦਰਵਾਜ਼ਾ ਖੁੱਲਦਾ ਹੈ ਤੇ ਨਾਲ ਹੀ ਸਟਾਪ ਲਿਖਿਆ ਦਿਸਣਾ ਸ਼ੁਰੂ ਹੋ ਜਾਂਦਾ ਹੈ। ਬਾਕੀ ਗੱਡੀਆਂ ਇੱਕਦਮ ਰੁਕ ਜਾਂਦੀਆਂ ਹਨ। ਸਕੂਲ ਬੱਸ ਜਦੋਂ ਦਰਵਾਜ਼ਾ ਬੰਦ ਕਰਕੇ ਤੁਰ ਪੈਂਦੀ ਹੈ ਤਾਂ ਰੁਕੇ ਹੋਏ ਲੋਕ ਫੇਰ ਤੁਰਦੇ ਹਨ। ਅਮਰੀਕਾ ਵਿੱਚ ਪੈਦਲ ਚੱਲਣ ਵਾਲਿਆਂ ਨੂੰ ਕਿਸ ਤਰ੍ਹਾਂ ਪਹਿਲ ਦਿੱਤੀ ਜਾਂਦੀ ਹੈ? ਅਮਰੀਕਾ ਵਿੱਚ ਪੈਦਲ ਚੱਲਣ ਵਾਲਿਆਂ ਨੂੰ ਬਹੁਤ ਪਹਿਲ ਦਿੱਤੀ ਜਾਂਦੀ ਹੈ ਜਿੱਥੇ ਸੜਕ ਵਿੱਚ ਘਾਟਾ ਵਜਾਈ ਹੁੰਦੀ ਹੈ ਜਾਂ ਸੜਕ ਕੋਈ ਪਾਟਦੀ ਹੈ ਉੱਥੇ ਲਾਲ ਬੱਤੀ ਨਹੀਂ ਹੁੰਦੀਆਂ ਠੀਕ ਹੈ ਨਾ ਪੈਦਲ ਲੰਘਣ ਵਾਲਿਆਂ ਲਈ ਜ਼ੈਬਰਾ ਕ੍ਰੋਸਿੰਗ ਹੁੰਦੀ ਹੈ ਪੈਦਲ ਖੜਾ ਹੋ ਕੇ ਸੜਕ ਵਿਹਲੀ ਰੱਖਣ ਦੀ ਉਡੀਕ ਨਹੀਂ ਕਰਦਾ ਉੱਥੇ ਕਾਰਾਂ ਦੀ ਰਫ਼ਤਾਰ ਆਪਣੇ ਆਪ ਹੀ ਘਟ ਜਾਂਦੀ ਹੈ ਜੇ ਕੋਈ ਪੈਦਲਾ ਜੋ ਪੈਦਲ ਯਾਤਰਾ ਕਰਦਾ ਹੈ ਠੀਕ ਹੈ ਨਾ ਤੇ ਉਹ ਕ੍ਰੋਸਿੰਗ ਕਰਦਾ ਹੈ ਤਾਂ ਕਾਰਾਂ ਆਪਣੇ ਆਪ ਹੀ ਰੁਕ ਜਾਂਦੀਆਂ ਹਨ ਅਮਰੀਕਾ ਵਿੱਚ ਸਫ਼ਰ ਕਰਦੇ ਆ ਯਾਤਰੀ ਸੰਕਟ ਦੀ ਸਥਿਤੀ ਵਿੱਚ ਕਿਸ ਫੋਨ ਤੇ ਮਦਦ ਲਈ ਕਹਿੰਦੇ ਹਨ ਉਹ 1911 ਉੱਤੇ ਟੈਲੀਫੋਨ ਕਰਦੇ ਹਨ ਜੇਕਰ ਕੋਲ ਫੋਨ ਨਾ ਹੋਵੇ ਤਾਂ ਥੋੜੀ ਥੋੜੀ ਦੂਰੀ ਤੇ ਲੱਗੇ ਕਾਲ ਬਾਕਸ ਤੋਂ ਸੌਖਿਆਂ ਹੀ ਫੋਨ ਕੀਤਾ ਜਾ ਸਕਦਾ ਹੈ ਇੱਥੋਂ ਦੀ ਮਦਦ ਵੀ ਮਿੰਟਾਂ ਦੇ ਵਿੱਚ ਹੀ ਆ ਪਹੁੰਚਦੀ ਹੈ ਤੇ ਹੁਣ ਆਪਾਂ ਜਿਹੜੇ ਸੰਖੇਪ ਪ੍ਰਸ਼ਨ ਉੱਤਰ ਨੇ ਬਚੇ ਉਹ ਕਰਾਂਗੇ ਸਭ ਤੋਂ ਪਹਿਲਾਂ ਤਾਂ ਜਿਹੜੇ ਤੁਹਾਨੂੰ ਦਿੱਤੇ ਹੋਏ ਨੇ ਇਹਨਾਂ ਤੋਂ ਇਲਾਵਾ ਵੀ ਆਪਾਂ ਤੁਹਾਡੀ ਜਾਣਕਾਰੀ ਦੇ ਵਿੱਚ ਵਾਧੇ ਲਈ ਸਾਂਝੇ ਕਰਾਂਗੇ ਕਿ ਅਮਰੀਕਾ ਵਿਚ ਸੜਕਾਂ ਉਤੇ ਚੱਲਣ ਦਾ ਸੁਚੱਜ ਸਫਰਨਾਮਾ ਅਸ਼ ਕਿੰਨਾ ਨੇ ਲਿਖਿਆ ਗੁਰਪਾਚਨ ਸਿੰਘ ਪੁੱਲਰ ਜੀ ਨੇ ਗੁਰਪਾਚਨ ਸਿੰਘ ਪੁੱਲਰ ਜੀ ਨੇ ਠੀਕ ਹੈ ਨਾ ਤੇ ਕਿਸ ਦੇ ਵਿੱਚੋਂ ਲਿਆ ਗਿਆ ਇਹ ਤੇ ਆਓ ਅਮਰੀਕਾ ਦਿਖਾਵਾਂ ਲੇਖਕ ਨੇ ਅਮਰੀਕਾ ਦੇ ਇਲਾਕੇ ਵਿੱਚ ਜੋ ਕੈਲੀਫੋਰਨੀਆ ਸੀ ਕਿੰਨਾ ਸਮਾਂ ਰਹਿਣਾ ਸੀ 4 ਮਹੀਨੇ ਫਿਰ ਅੱਗੇ ਆਕੇ ਕਿ ਜਿਹੜੀ ਜੋ ਕ੍ਰੋਸਿੰਗ ਕਰਦੇ ਨੇ ਉਹ ਜ਼ੈਬਰਾ ਕ੍ਰੋਸਿੰਗ ਦੇ ਰਾਹੀਂ ਕਰਦੇ ਨੇ ਠੀਕ ਹੈ ਨਾ ਤਾਂ ਦੋਹੇ ਪਾਸੇ ਜਿਹੜੀ ਕਾਰਾਂ ਹੁੰਦੀਆਂ ਨੇ ਇੱਕਦਮ ਅੱਗੇ ਰੁਕ ਜਾਂਦੀਆਂ ਹਨ ਅਮਰੀਕਾ ਵਿੱਚ ਸਫਰ ਕਰਦੇ ਆ ਯਾਤਰੀ ਸੰਕਟ ਦੀ ਸਥਿਤੀ ਲਈ ਮਦਦ ਲਈ ਕੀ ਕਰ ਸਕਦੇ ਹਨ ਅਮਰੀਕਾ ਵਿੱਚ ਲੋਕ ਸੰਕਟ ਦੀ ਸਥਿਤੀ ਵਿੱਚ ਮਦਦ ਲਈ 911 ਉੱਤੇ ਟੈਲੀਫੋਨ ਕਰਦੇ ਹਨ ਜੇਕਰ ਕੋਲ ਫੋਨ ਨਾ ਹੋਵੇ ਤਾਂ ਥੋੜੀ ਥੋੜੀ ਦੂਰੀ ਤੇ ਲੱਗੇ ਕਾਲ ਬਾਕਸ ਤੋਂ ਸੌਖਿਆ ਹੀ ਫੋਨ ਕੀਤਾ ਜਾ ਸਕਦਾ ਹੈ ਤੇ ਫਿਰ ਇਸ ਤੋਂ ਬਾਅਦ ਸੰਖੇਪ ਉਤਰਾਂ ਵਾਲੇ ਪ੍ਰਸ਼ਨ ਆਗੇ ਤੇ ਜੋ ਤੁਹਾਨੂੰ ਦਿੱਤੇ ਹੋਏ ਨੇ ਇਹਨਾਂ ਤੋਂ ਇਲਾਵਾ ਵੀ ਆਪਾਂ ਤੁਹਾਡੇ ਨਾਲ ਪ੍ਰਸ਼ਨਾਂ ਸਾਂਝੇ ਕਰਾਂਗੇ ਬੱਚਿਓ ਕੀ ਅਮਰੀਕਾ ਵਿੱਚ ਸੜਕਾਂ ਉੱਤੇ ਚੱਲਣ ਦਾ ਸੁਚੱਜ ਕਿੰਨਾ ਨੇ ਲਿਖਿਆ ਗੁਰਬਚਨ ਸਿੰਘ ਪੁੱਲਰ ਕਿਹੜੇ ਸਫ਼ਰਨਾਮੇ ਤੋਂ ਆਓ ਅਮਰੀਕਾ ਦਿਖਾਵਾਂ ਕਿੰਨੇ ਮਹੀਨੇ ਉਹ ਕੈਲੀਫੋਰਨੀਆ ਰਹੇ ਸੀ 4 ਠੀਕ ਹੈ ਤੇ ਸਾਡੇ ਜਿਹੜੇ ਦੇਸ਼ ਆ ਉਸ ਦੇ ਵਿੱਚ ਨੀਮ ਤੋੜਨ ਵਾਲਿਆਂ ਨੂੰ ਕੀ ਕਿਹਾ ਜਾਂਦਾ ਦਲੇਰ ਮੰਨਣ ਵਾਲਿਆਂ ਨੂੰ ਡਰਪੋਕ ਤੇ ਲੇਖਕ ਦੀ ਜੋ ਜੀਵਨ ਸਾਥਣ ਸੀ ਪਤਨੀ ਉਸ ਦਾ ਨਾਂ ਕੀ ਸੀ ਗੁਰਚਰਨ ਗੁਰਬਚਨ ਸਿੰਘ ਪੁੱਲਰ ਦੀ ਬੇਟੀ ਦਾ ਨਾਂ ਭਾਵਨਾ ਅਮਰੀਕਾ ਵਿੱਚ ਰਹਿੰਦੇ ਲੇਖਕ ਦਿਪਤੀ ਜੇ ਨੂੰ ਕਿੰਨਾ ਟੈਕਸ ਦੇਣਾ ਪਿਆ ਸੀ ਜੁਰਮਾਨਾ ਦੇਣਾ ਪਿਆ ਸੀ 400 ਡਾਲਰ ਭਾਰਤ ਵਿੱਚ ਲੋਕ ਕਿਸ ਗੱਲ ਦੀ ਪਰਵਾਹ ਨਹੀਂ ਕਰਦੇ ਨਿਯਮਾਂ ਦੀ ਤੇ ਲੇਖਕ ਤੇ ਉਸ ਦੀ ਪਤਨੀ ਜੀਵਨ ਸਾਥਣ ਜਦੋਂ ਹਵਾਈ ਅੱਡੇ ਤੋਂ ਬਾਹਰ ਨਿਕਲੇ ਤਾਂ ਕੁੱਲ ਕਿੰਨੀਆਂ ਕਾਰਾਂ ਖਲੋਤੀਆਂ ਸਨ 5-7 ਹਵਾਈ ਅੱਡੇ ਤੋਂ ਬਾਹਰ ਆਉਂਦੇ ਜੋ ਲੇਖਕ ਨੂੰ ਕੌਣ ਲੈਣ ਆਇਆ ਸੀ ਉਸ ਦੀ ਤੀ ਭਾਵਨਾ ਭਾਰਤ ਵਿੱਚ ਕਿਹੜੇ ਹੱਥ ਤੋੜਨ ਦਾ ਨਿਯਮ ਹੈ ਖੱਬੇ ਅਮਰੀਕਾ ਦੇ ਵਿੱਚ ਸੱਜੇ ਅਮਰੀਕਾ ਦੇ ਹਵਾਈ ਏਡੇ ਤੋਂ ਲੇਖਕ ਦਾ ਘਰ ਕਿੰਨੀ ਕੁ ਦੂਰੀ ਤੇ ਸੀ 25 ਮੀਲ ਲੇਖਕ ਅਮਰੀਕਾ ਦੇ ਕਿਹੜੇ ਸ਼ਹਿਰ ਵਿੱਚ ਠਹਿਰਿਆ ਹੋਇਆ ਸੀ ਮਾਊਂਟੇਨ 뷰 ਤੇ ਅਮਰੀਕਾ ਦੀਆਂ ਸੜਕਾਂ ਉੱਪਰ ਕਿਹੜੀਆਂ ਬੱਸਾਂ ਸਰਦਾਰੀ ਕਰਦੀਆਂ ਹਨ ਸਕੂਲੀ ਬੱਚਿਆਂ ਦੀਆਂ ਅਮਰੀਕਾ ਵਿੱਚ ਸੜਕ ਉੱਤੇ ਜਿੱਥੇ ਸਟਾਪ ਲਿਖਿਆ ਹੋਵੇ ਉੱਥੋਂ ਕਾਰਾਂ ਕਿਸ ਤਰ੍ਹਾਂ ਲੰਘਾਈਆਂ ਜਾਂਦੀਆਂ ਹਨ ਔਲੀ ਕਰਕੇ ਅਮਰੀਕਾ ਵਿੱਚ ਹਾਰਨ ਨੂੰ ਕਿਸ ਕੱਲ ਸਮਝਿਆ ਜਾਂਦਾ ਹੈ ਇਹ ਬਿਹਾਰਨ ਬਚਾਉਣਾ ਸੰਕਟ ਦੀ ਅਮਰੀਕਾ ਵਿੱਚ ਨੀਮ ਤੋੜਨ ਵਾਲਾ ਕਿਸ ਕਾਲ ਦਾ ਡਰ ਮੰਨਦਾ ਹੈ ਜੇਬ ਖਾਲੀ ਹੋਣ ਦੀ ਅਮਰੀਕਾ ਦੀਆਂ ਸੜਕਾਂ ਦੇ ਕਿਨਾਰੇ ਹਿਰਨ ਖਰਗੋਸ਼ ਜਾਂ ਕਿਸੇ ਹੋਰ ਜਾਨਵਰ ਦੀ ਤਸਵੀਰ ਦੇ ਹੇਠਾਂ ਕੀ ਲਿਖਿਆ ਹੁੰਦਾ ਹੈ ਕੁਝ ਮੀਲ ਅਮਰੀਕਾ ਵਿੱਚ ਸੰਕਟ ਦੀ ਸਥਿਤੀ ਵਿੱਚ ਕਿੰਨੇ ਨੰਬਰ ਉੱਤੇ ਫੋਨ ਕੀਤਾ ਜਾ ਸਕਦਾ ਹੈ 911 ਸੋ ਇਹ ਸੀ ਬੱਚੋ ਕੈਲੀਫੋਰਨੀਆ ਦੀਆਂ ਸੜਕਾਂ ਠੀਕ ਹੈ ਨਾ ਉਮੀਦ ਹੈ ਤੁਹਾਨੂੰ ਸਮਝ ਆਈ ਹੋਏਗੀ ਤੁਸੀਂ ਸੁਣਿਆ ਹੋਏਗਾ ਸਫਰਨਾਮਾ ਘਰ ਬੈਠੇ ਹੀ ਉੱਥੇ ਯਾਤਰਾ ਕੀਤੀ ਹੋਏਗੀ ਠੀਕ ਹੈ ਨਾ સુણ અને સમજણ લઈ બહુ બહુ ધનવાદ પછી